मेरा नाम सावर है। आप पायलट्स कर रहे हैं, कहाँ जाने की प्रिपरेशन अभी तक तो मैंने सोचा था कि कनाडा के लिए, पर जैसे कि उनकी गाइडलाइंस है, बहुत ही ज़्यादा डिसअपॉइंटिंग है। अभी लगता नहीं है कि वहाँ पे बच्चों के चांसेस हैं। हम लोग इतनी ज़्यादा मेहनत कर रहे हैं फॉरेन जाने के लिए, मे बी इट्स ऑन द बेसिस ऑफ स्टडी और वर्क परमिट। इट्स वेरी वेरी डिसअपॉइंटिंग एंड मुझे लगता है कि इससे ज़्यादा अच्छा है कि आप दूसरी कंट्री के लिए मेहनत कर लो जहाँ के गाइडलाइंस मच बेटर है एज़ कम्पेयर टू कैनेडा। करें। मेरा नाम पल्लवी शर्मा है। ਕਿੱਥੇ ਜਾਣ ਦੀ ਪ੍ਰਪੇਅਰ ਕਰ ਰਹੇ ਹੋ? मैं तो कैनेडा जाने लिए प्रिपेयर किया सी, बट हुन जड़ी उन्हें गाइडलाइंस आई है वो तो बिल्कुल सही नहीं है साढ़े लिए, क्योंकि साढ़े पेरेंट्स साढ़े ते पैसा लगा के सानू उत्थे भेज रहे हैं, ते अगर हम उत्थे जाके पीआर भी नहीं मिलेगी तो फिर अहीं उत्थे सेट ते हो ही नहीं सकते, ते उन्हें लिए ज़्यादा परेशानी वध जाएगी। इस तो तुम सोच तुम सुनिया ही होना है कि पंजाब नू कैनेडा नू मिनी पंजाब भी कहिंदे है, ते जे हुन पंजाबी जाने बंद कर देंगे तो फिर तो कैनेडा का फिर औखा हो जाना है, उनका खुद का खर्चा भी नहीं चलना। ਤੇ ਇਸ ਕਰਕੇ ਅਸੀਂ ਤਾਂ ਚੇਂਜ ਕਰਤਾ, ਹੁਣ ਮੈਂ ਕੈਨੇਡਾ ਜਾਣ ਦਾ ਬਿਲਕੁਲ ਵੀ ਨਹੀਂ ਸੋਚਾਂਗੀ, ਕਿਤੇ ਹੋਰ ਕੰਟਰੀ ਲਈ ਸ਼ਿਫਟ ਹੋ ਜਾਣਾ। ਕੈਨੇਡੀਅਨ ਗਵਰਨਮੈਂਟ ਨੇ ਜਿਹੜੀ ਹੈ ਨਵੀਂ ਗਾਈਡਲਾਈਨਸ ਜਾਰੀ ਕੀਤੀਆਂ ਹਨ, ਉਹਨੂੰ ਲੈ ਕੇ ਤੁਹਾਡੇ ਜਿਹੜੇ ਆਈਲੈਟਸ ਸੈਂਟਰਸ ਨੇ ਉਹਦੇ ਉੱਤੇ ਕਿੰਨਾ ਪ੍ਰਭਾਵ ਪੈ ਰਿਹਾ? ਸਰ, ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਸਰਕਾਰ ਵੱਲੋਂ ਇੱਕ ਸਖਤੀ ਵਾਲਾ ਰੁਖ ਅਪਣਾਇਆ ਜਾ ਰਿਹਾ ਹੈ ਇੰਟਰਨੈਸ਼ਨਲ ਸਟੂਡੈਂਟਸ ਲਈ। ਪਿਛਲੇ ਮਹੀਨੇ ਉਹਨਾਂ ਨੇ GIC ਦਾ ਅਮਾਉਂਟ ਇੱਕਦਮ ਡਬਲ ਕਰਤਾ, ਜਿਹਦੇ ਨਾਲ ਇੱਥੇ ਲੋਕਾਂ ਦਾ ਬਜਟ ਕਾਫੀ ਜ਼ਿਆਦਾ ਡਿਸਟਰਬ ਹੋ ਗਿਆ। ਔਰ ਦੇਖਿਆ ਜਾਏ ਤਾਂ ਓਵਰਆਲ ਇਹ ਸਖਤੀ ਨਾਲ ਪ੍ਰਭਾਵ ਬਿਲਕੁਲ ਪਏਗਾ ਜੀ, ਕਿਉਂਕਿ ਬੱਚਿਆਂ ਦੀ ਸਟੱਡੀਜ਼ 'ਤੇ ਵੀ ਸਖਤੀ ਹੋ ਗਈ ਹੈ, ਉਹਨਾਂ ਦੇ ਵਰਕ ਪਰਮਿਟ ਨੂੰ ਵੀ ਲੈ ਕੇ ਕੁਝ ਬਦਲਾਵ ਨਵੇਂ ਆ ਰਹੇ ਨੇ। ਔਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇੱਕ ਬਹੁਤ ਅੱਛਾ ਪ੍ਰੋਗਰਾਮ ਸੀ ਜਿਹਦੇ ਅੰਡਰ ਬੱਚਾ ਬੜੇ ਆਰਾਮ ਨਾਲ ਉੱਥੇ ਜਾ ਸਕਦਾ ਸੀ, ਉਹਨਾਂ ਨੇ ਉਸ 'ਤੇ ਵੀ ਲਗਾਮ ਕੱਸਤੀ ਹੈ। ਅਤੇ ਓਵਰਆਲ ਦੇਖਿਆ ਜਾਏ ਤਾਂ ਕੈਨੇਡਾ ਸਰਕਾਰ ਵੱਲੋਂ ਇਹ ਰੁਖ ਜਿਹੜਾ ਆ ਇਹ ਨਿੰਦਨੀ ਹੈ, ਔਰ ਮੈਂ ਸਮਝਦਾ ਕਿ ਬੱਚਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਸਾਡੇ ਕੋਲ ਹੋਰ ਬਹੁਤ ਆਪਸ਼ਨਸ ਨੇ। ਆਪਾਂ ਜਰਮਨੀ ਦਾ ਬਹੁਤ ਅੱਛਾ ਇੱਕ ਰੁਖ ਅਪਣਾਇਆ ਜਾ ਸਕਦਾ, ਯੂਰੋਪੀਅਨ ਕੰਟਰੀਜ਼ 'ਚ ਬਹੁਤ ਵੈਲਕਮ ਕਰ ਰਹੇ ਨੇ ਉਹ, ਲੋਕਾਂ ਨੂੰ ਬੱਚਿਆਂ ਦੇ ਬਹੁਤ ਅੱਛੇ ਵੀਜ਼ੇ ਵੀ ਆ ਰਹੇ ਨੇ। UK ਸਰਕਾਰ ਵੱਲੋਂ ਵੀ ਇੱਕ ਬੜਾ ਈਜ਼ੀ ਅਪਰੋਪਸ਼ਨ ਆਉਂਦੀ ਹੈ, ਆਪਾਂ ਉੱਧਰ ਵੀ ਜਾ ਸਕਦੇ ਹਾਂ। ਸੋ ਓਵਰਆਲ ਮੈਂ ਦੇਖਿਆ ਚਾਹਾਂ ਕਿ ਹਾਲੇ ਥੋੜ੍ਹਾ ਜਿਹਾ ਜਲਦੀ ਹੈ ਸਭ ਕਹਿਣਾ, ਕਿਉਂਕਿ ਹਲੇ ਰੂਲਸ ਕੱਲ੍ਹ ਹੀ ਲਾਗੂ ਹੋਏ ਨੇ, ਅਤੇ 1-2 ਮਹੀਨੇ ਦੇ ਅੰਦਰ ਹਲੇ ਹੋਰ ਵੀ ਅਪਡੇਟਸ ਸਰਕਾਰ ਵੱਲੋਂ ਆਉਣ ਦੀ ਉਮੀਦ ਹੈ। ਅਤੇ ਮੈਂ ਇਹੀ ਸਮਝਾਂਗਾ ਕਿ ਬੱਚਿਆਂ ਨੂੰ ਆਪਣੀ ਡ੍ਰੀਮ ਡੈਸਟੀਨੇਸ਼ਨ 'ਚ ਇੱਕ ਸਿੰਗਲ ਆਪਸ਼ਨ ਲੈ ਕੇ ਨਹੀਂ ਚੱਲਣਾ ਚਾਹੀਦਾ, ਜੇ 2 ਆਪਸ਼ਨ ਮਿਲ ਸਕਦੇ ਆ ਤਾਂ ਬੱਚਾ ਜ਼ਰੂਰ ਕਿਸੇ ਹੋਰ ਆਪਸ਼ਨ 'ਤੇ ਜ਼ਰੂਰ ਜਾਏ। ਸਾਡੀ ਟੀਮ ਨੂੰ ਆ ਕੇ ਸੰਕਰ ਕਰ ਸਕਦੇ ਨੇ, ਅਸੀਂ ਅਸੈਸਮੈਂਟ ਕਰਕੇ ਬੱਚੇ ਨੂੰ ਡਿਟੇਲਸ ਵਾਸਤੇ ਡਿਸਕਸ ਕਰ ਸਕਦੇ ਹਾਂ। ਸੋ ਕਿਸੇ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ, ਮੈਂ ਸਮਝਾਂਗਾ। ਪੂਰੀ ਜ਼ਰਾ ਮਿਹਨਤ ਕੀਜੀਏ ਔਰ ਆਪਾਂ ਜਾ ਕੇ ਜਿਸ ਕੰਟਰੀ ਨੂੰ ਕੁਝ 4 ਪੈਸੇ ਦੇਣੇ ਹੀ ਆ। ਸੋ ਮੈਂ ਸਮਝਦਾ ਕਿ ਇਕਨੋਮੀ ਨੂੰ ਸਪੋਰਟ ਕਰ ਰਹੇ ਇੰਟਰਨੈਸ਼ਨਲ ਸਟੂਡੈਂਟ ਬਹੁਤ ਜ਼ਿਆਦਾ ਇੰਡੀਆ ਵੱਲੋਂ, ਖਾਸ ਕਰ ਪੰਜਾਬੀ ਦੋਸਤ ਭਰਾ ਸਾਡੇ ਬਹੁਤ ਜ਼ਿਆਦਾ ਮਿਹਨਤ ਕਰਕੇ ਦੂਜੀ ਕੰਟਰੀਆਂ 'ਚ ਇੰਨਾ ਕੰਮ ਕਰ ਰਹੇ ਨੇ, ਤੇ ਸਰਕਾਰ ਨੂੰ ਥੋੜਾ ਨਰਮ ਸੁਖ ਰਵੱਈਆ ਅਪਣਾਉਣਾ ਚਾਹੀਦਾ। ਮੈਂ ਇਸ ਗੱਲ ਕੇ ਕਰਨ ਚਾਹਾਂਗਾ ਕਿ ਕੋਈ ਘਬਰਾਉਣ ਦੀ ਲੋੜ ਨਹੀਂ, ਪੰਜਾਬ ਦੇ ਇਮੀਗ੍ਰੇਸ਼ਨ ਐਸੋਸੀਏਸ਼ਨ ਸਾਡੇ ਵੱਲੋਂ ਸਾਰੇ ਅਸੀਂ ਬੱਚਿਆਂ ਦੇ ਨਾਲ ਹਾਂ, ਕਿਸੇ ਪਾਸੇ ਕੋਈ ਦਿੱਕਤ ਨਹੀਂ ਹੈ, ਅਸੀਂ ਬੈਠੇ ਹਾਂ ਤੁਹਾਡੀ ਸੇਵਾ 'ਚ, ਜਦੋਂ ਮਰਜ਼ੀ ਆਓ ਅਸੀਂ ਪੂਰੀ ਮਿਹਨਤ ਕਰਾਂਗੇ। ਧੰਨਵਾਦ।